ਜੇ ਆਪਾਂ ਹਿੰਦੂਆਂ ਨੇ ਹਿੰਦੁਸਤਾਨ ਦੇ ਵਿੱਚ ਅਸੀਂ ਸ਼ਸਤਰ ਛੱਡਿਆ ਤੇ ਸਾਡੇ ਮੰਦਰ ਤੋੜੇ ਗਏ ਕਿ ਹਰੇਕ ਹਿੰਦੁਸਤਾਨੀ ਨੂੰ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਆ ਹਰ ਨਾਗਰਿਕ ਨੂੰ ਲੋੜ ਪੈਣ ਤੇ ਉਹ ਦੇਸ਼ ਕੌਮ ਦੀ ਸੇਵਾ ਕਰ ਸਕੇ ਸ਼ਸਤਰਾਂ ਦੀ ਹੀ ਗੱਲ ਕਰਦਾ ਜੇ ਉਸ ਵੇਲੇ ਵੀ ਸ਼ਸਤਰ ਚਲਾਉਣ ਦੀ ਲੋੜ ਪਈ ਤਾਂ ਬਈ ਜੇ ਤੁਹਾਡੇ ਘਰ ਆਣ ਕੇ ਕੋਈ ਹਮਲਾ ਕਰ ਦੇਗਾ ਤਾਂ ਤੁਸੀਂ ਕੀ ਗੱਲ ਹੱਥ ਬੰਨ ਕੇ ਤੇ ਉਹਨਾਂ ਨੂੰ ਫਤਿਹ ਜੀ ਕਹੋਗੇ ਸਵਾਗਤ ਕਰਾਂਗੇ ਆਪਾਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਫਰਜ਼ਾਂ ਨੂੰ ਨਿਭਾਉਣ ਦੇ ਵਿੱਚ ਜਦੋਂ ਨਾਕਾਮੀ ਸਾਬਤ ਹੋ ਜਾਂਦੇ ਨੇ ਨਾਕਾਮ ਹੁੰਦੇ ਨੇ ਉਦੋਂ ਉਹ ਦੂਜਿਆਂ ਦੇ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਨੇ ਬਈ ਸਿੱਖਾਂ ਦੇ ਸ਼ਸਤਰ ਦੇ ਨਾਲ ਅੱਜ ਤੱਕ ਦੱਸੋ ਕਿੱਥੇ ਕੀ ਗੜਬੜ ਹੋਇਆ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅੱਜ ਸੰਦੇਸ਼ ਪੜਿਆ ਗਿਆ ਤਾਂ ਉੱਥੇ ਗੱਲ ਆਖੀ ਗਈ ਕਿ ਹਥਿਆਰ ਜਿਹੜੇ ਨੇ ਉਹ ਰੱਖਣੇ ਚਾਹੀਦੇ ਨੇ ਬਕਾਇਦਾ ਸ਼ੂਟਿੰਗ ਰੇਂਜ ਤਿਆਰ ਹੋਣੀਆਂ ਚਾਹੀਦੀਆਂ ਨੇ ਤਾਂ ਹਥਿਆਰਾਂ ਨੂੰ ਪ੍ਰਮੋਟ ਕਰਨ ਦੀ ਗੱਲ ਕੀਤੀ ਗਈ ਹੈ ਤਾਂ ਸਾਡੇ ਨਾਲ ਭਾਜਪਾ ਨੇਤਾ ਪ੍ਰੋਫੈਸਰ ਸਰਚਾਨ ਸਿੰਘ ਜੀ ਮੌਜੂਦ ਨੇ ਜੋ ਕਿ ਇੱਕ ਪੰਥਕ ਆਗੂ ਵੀ ਨੇ ਤਾਂ ਅਕਸਰ ਪੰਥਕ ਮਸਲਿਆਂ ਤੇ ਗੱਲ ਕਰਦੇ ਨਜ਼ਰ ਆਉਂਦੇ ਨੇ ਸਰਚਾਨ ਜੀ ਇਹ ਕਿੱਦਾਂ ਵੇਖਦੇ ਆ ਕਿ ਸਿੰਘ ਸਾਹਿਬ ਦਾ ਇਸ ਬਿਆਨ ਨੂੰ ਕਿ ਸ਼ੂਟਿੰਗ ਰੇਂਜ ਬਣਾਈਆਂ ਜਾਣ ਮੇਰੇ ਵੀਰ ਇਸ ਤਰ੍ਹਾਂ ਹੈ ਕਿ ਜੇ ਸਿੰਘ ਸਾਹਿਬ ਦੇ ਬਿਆਨ ਨੂੰ ਆਪਾਂ ਖੰਗਾਲੀਏ फिर गल ये पैदा होंदी है कि तुसी बतौर पत्रकार मेरी इंटरव्यू ले रहे हो या इहदे पिछे क्योंकि ये कोई मुद्दा इह जिहा नहीं हैगा कि इहनू किसे तरह भी इंटरव्यू का कोई विशा बनाया जा सके जां इहदे पिछे ऐ कर लो कि इहदे संबंध दे विच कुछ अजिही साइकी भी है जिहड़ी नहीं ਚਾਹੁੰਦੇ ਕਿ ਸਿੰਘ ਸਾਹਿਬ ਦਾ ਬਿਆਨ ਜਿਹੜਾ ਵਾ ਉਹ ਸਹੀ ਦਿਸ਼ਾ ਦੇ ਵਿੱਚ ਵਿਚਾਰਿਆ ਜਾਵੇ ਕੋਈ ਜਾਣਨਾ ਹੈ ਠੀਕ ਹੈ ਕਿ ਗਲਤ ਹੈ ਕਿ ਕੀ ਹੈ ਸਿੰਘ ਸਾਹਿਬ ਦੇ ਬਿਆਨ ਦੇ ਵਿੱਚ ਜੇ ਬਤੌਰ ਆਪਾਂ ਵਿਚਾਰ ਕਰੀਏ ਇੱਕ ਸਿੱਖ ਤੇ ਕੋਈ ਗਲਤ ਉਹਦੇ ਵਿੱਚ ਨਹੀਂ ਹੈ ਔਰ ਬਤੌਰ ਆਪਾਂ ਇੱਕ ਹਿੰਦੁਸਤਾਨੀ ਵੀ ਆਪਾਂ ਉਸ ਬਿਆਨ ਨੂੰ ਵਾਚੀਏ ਤੇ ਮੈਂ ਸਮਝਦਾ ਉਹਦੇ ਵਿੱਚ ਤੁਹਾਨੂੰ ਕੁਝ ਵੀ ਗਲਤ ਨਜ਼ਰ ਨਹੀਂ ਆਏਗਾ ਕਿਉਂਕਿ ਜਿਹੜੇ ਹਥਿਆਰਾਂ ਦੀ ਜਿਹੜੀ ਗੱਲ ਹੈ ਨਾ ਸਿੱਖੀ ਪਹਿਲੀ ਗੱਲ ਤੋਂ ਮੇਰੀ ਪੀੜ੍ਹੀ ਤੋਂ ਜੇ ਆਪਾਂ ਇਹਨੂੰ ਮੀਰੀ ਪੀਰੀ ਨੂੰ ਬਾਹਰ ਕਰ ਦਈਏ ਸਿੱਖੀ ਮਨਫੀ ਹੋ ਜਾਂਦੀ ਹੈ ਸਿੱਖੀ ਦੀ ਕੋਈ ਹੋਂਦ ਨਹੀਂ ਰਹਿੰਦੀ ਮੀਰੀ ਪੀਰੀ ਦੇ ਸਿਧਾਂਤਾਂ 'ਤੇ ਹੀ ਸਿੱਖੀ ਕਾਇਮ ਹੋਈ ਖੜੀ ਆ ਅੱਜ ਵੀ ਅੱਗੇ ਵੀ ਖੜੀ ਰਹੇਗੀ ਰਹੀ ਗੱਲ ਹਥਿਆਰਾਂ ਦੀ ਕਲਚਰ ਜਿਹੜੇ ਆ ਇਹ ਕੇਵਲ ਅਤੇ ਕੇਵਲ ਸਿੱਖਾਂ ਦਾ ਕਲਚਰ ਨਹੀਂ ਆ ਇਹ ਭਾਰਤੀਆਂ ਦਾ ਹਿੰਦੂਆਂ ਦਾ ਵੀ ਕਲਚਰ ਰਿਹਾ ਠੀਕ ਆ ਜੇ ਆਪਾਂ ਹਿੰਦੂਆਂ ਨੇ ਹਿੰਦੁਸਤਾਨ ਦੇ ਵਿੱਚ ਅਸੀਂ ਸ਼ਸਤਰ ਛੱਡਿਆ ਤਾਂ ਸਾਡੇ ਮੰਦਰ ਤੋੜੇ ਗਏ ਇਹ ਤਾਂ ਸਾਰਿਆਂ ਨੂੰ ਪਤਾ ਨਾ ਜਦੋਂ ਆਪਾਂ ਸ਼ਸਤਰਾਂ ਨੂੰ ਤਲਾਂਜਲੀ ਦਿੱਤੀ ਆ ਉੱਧਰ ਹੀ ਸਾਡੇ ਮੰਦਰਾਂ ਦਾ ਕੀ ਹਾਲ ਕੀਤਾ ਅਗਲਿਆਂ ਨੇ ਇਸ ਕਰਕੇ ਜੇ ਆਪਾਂ ਹੋਰ ਇਸ ਤੋਂ ਵੀ ਅੱਗੇ ਨਿਕਲ ਜਾਈਏ ਇਤਿਹਾਸ ਨੂੰ ਮਿਥਿਹਾਸ ਨੂੰ ਆਪਾਂ ਨਜ਼ਰ ਮਾਰੀਏ ਅੱਜ ਵੀ ਬਹੁਗਿਣਤੀ ਸਾਡੇ ਹਿੰਦੂਆਂ ਦੇ ਹਿੰਦੁਸਤਾਨ ਦੇ ਵਿੱਚ ਆ ਕਿਹਦੀ ਪੂਜਾ ਕਰਦੇ ਨੇ ਉਹਨਾਂ ਭਗਵਾਨਾਂ ਦੀ ਆਪਾਂ ਪੂਜਾ ਕਰਦੇ ਹਾਂ ਅੱਜ ਵੀ ਜਿਹੜੇ ਧਨੁਸ਼ਧਾਰੀ ਨੇ ਜਿਹੜੇ ਸ਼ਸਤਰਧਾਰੀ ਨੇ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਜਿਹੜੇ ਆਪਣੇ ਭਗਵਾਨ ਨੇ ਉਹ ਬ੍ਰਹਮ ਅਸ਼ਤਰਧਾਰੀ ਨੇ ਅਤੇ ਅੱਜ ਆਪਾਂ ਕਹੀਏ ਕਿ ਸਿੱਖ ਭਾਈਚਾਰਾ ਸ਼ਸਤਰ ਵੀ ਨਾ ਰੱਖੇ ਮੈਂ ਤਾਂ ਇਹ ਕਹਾਂਗਾ ਕਿ ਹਰੇਕ ਹਿੰਦੁਸਤਾਨੀ ਨੂੰ ਸ਼ਸਤਰ ਵਿਦਿਆ ਦੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਆ ਹਰ ਨਾਗਰਿਕ ਨੂੰ ਲੋੜ ਪੈਣ 'ਤੇ ਉਹ ਦੇਸ਼ ਕੌਮ ਦੀ ਸੇਵਾ ਕਰ ਸਕੇ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਪੰਜਾਬ 'ਚ ਇਹਨਾਂ ਸ਼ਸਤਰਾਂ ਕਰਕੇ ਹੀ ਇਹਨਾਂ ਪਿਸਤੌਲਾਂ ਕਰਕੇ ਕਾਫੀ ਨੁਕਸਾਨ ਹੋਇਆ ਉਹ ਉਸ ਨੂੰ ਦੇਖ ਕੇ ਸਮਾਜ ਕਿਤੇ ਥੋੜ੍ਹਾ ਡਰ ਜਾਂਦਾ ਸਮਾਜ ਦੇ ਜਿਹੜੇ ਆ ਨਾ ਗਲਤ ਅਨਸਰਾਂ ਨੂੰ ਰੋਕਣ ਦੀ ਜ਼ਿੰਮੇਵਾਰੀ ਸਾਡੇ ਸਮਾਜ ਦੀ ਆ ਔਰ ਇਹ ਰੋਕਣਾ ਕਿੰਨੇ ਆ ਸਰਕਾਰਾਂ ਨੇ ਜੇ ਸਰਕਾਰਾਂ ਨੇ ਪੰਜਾਬ ਦੇ ਵਿੱਚ ਔਰ ਦੇਸ਼ ਦੇ ਵਿੱਚ ਸ਼ਾਂਤੀ ਸਥਾਪਿਤ ਕਰਨੀ ਆ ਅਤੇ ਉਹਨਾਂ ਨੂੰ ਇਹੋ ਜਿਹੀਆਂ ਜਿਹੜੀਆਂ ਪਾਲਿਸੀਆਂ ਨੀਤੀਆਂ ਉਹ ਰੋਕਣ ਦੇ ਪੂਰੇ ਸਾਧਨ ਉਹਨਾਂ ਦਾ ਕੋਈ ਮੌਜੂਦ ਨੇ ਜਿਹੜੇ ਗਲਤ ਅਨਸਰਾਂ ਨੂੰ ਰੋਕੇ ਕਿੰਨੇ ਰੋਕਿਆ ਉਹਨਾਂ ਨੂੰ ਰੋਕਣ ਤੋਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਆਪਣੇ ਫਰਜ਼ਾਂ ਨੂੰ ਨਿਭਾਉਣ ਦੇ ਵਿੱਚ ਜਦੋਂ ਨਾਕਾਮੀ ਸਾਬਤ ਹੋ ਜਾਂਦੇ ਨੇ ਨਾਕਾਮ ਹੁੰਦੇ ਨੇ ਉਦੋਂ ਉਹ ਦੂਜਿਆਂ ਦੇ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੰਦੇ ਨੇ ਬਈ ਸਿੱਖਾਂ ਦੇ ਸ਼ਸਤਰ ਦੇ ਨਾਲ ਅੱਜ ਤੱਕ ਦੱਸੋ ਕਿੱਥੇ ਕੀ ਗੜਬੜ ਹੋਇਆ ਤੁਸੀਂ ਕਹੋਗੇ ਅੱਜ 6 ਜੂਨ ਦਾ ਦਿਹਾੜਾ ਠੀਕ ਹੈ ਦਰਬਾਰ ਸਾਹਿਬ ਅਟੈਕ ਹੋਇਆ ਕਿਉਂ ਹੋਇਆ ਸ਼ੁਰੂ ਦੇ ਵਿੱਚ ਉਸ ਵੇਲੇ 1984 ਦੇ ਵਿੱਚ ਜਾਂ 1984 ਦੇ ਕੁਝ ਸਮੇਂ ਬਾਅਦ ਇਸ ਗੱਲ ਨੂੰ ਆਪਾਂ ਚੰਗੀ ਤਰ੍ਹਾਂ ਪਰਚੋਲ ਕਰਨ ਦੇ ਵਿੱਚ ਕਾਫੀ ਹੱਦ ਤੱਕ ਜਿਹੜੀ ਸਾਡੀ ਬਹੁਗਿਣਤੀ ਜਿਹੜੀ ਆ ਉਹ ਨਾਕਾਮ ਰਹੀ ਆ ਕਿ ਸ਼ਾਇਦ ਹੋ ਸਕਦਾ ਇੰਦਰਾ ਗਾਂਧੀ ਨੇ ਦੇਸ਼ ਬਚਾਉਣ ਵਾਸਤੇ ਹੀ ਉਹ ਜਿਹੜੀ ਉੱਥੇ ਇਹ ਸਾਰਾ ਕੁਝ ਜਿਹੜਾ ਘਾਰਾ ਵਰਤਾ ਦਿੱਤਾ ਅੱਜ ਸਾਡੇ ਸਾਹਮਣੇ ਇਹ ਸਾਰਾ ਕੁਝ ਸਪਸ਼ਟ ਹੋ ਚੁੱਕਾ ਕਿ ਜਿਸ ਸ਼ਖਸ ਨੂੰ ਗ੍ਰਿਫਤਾਰ ਕਰਨ ਵਾਸਤੇ ਤੁਸੀਂ ਉੱਥੇ ਫੌਜ ਭੇਜੀ ਆ ਉਸ ਸ਼ਖਸ ਦੇ ਉੱਤੇ ਸੰਤ ਜਨੈ ਸਿੰਘ ਪੰਡਰਾਲਾ 'ਤੇ ਤਾਂ ਕੋਈ ਕੇਸ ਵੀ ਹੈ ਨਹੀਂ
ना ही उन्होंने खालिस्तान की कोई मांग की, ना कोई इन्होंने कहते खालिस्तान की मांग की। उस तो बाद भी खालिस्तान का बड़ा रौला पिया, दो दहाके खालिस्तान लैके तो जंग युद्ध चलिया, बड़े साढ़े लख नौजवान जोड़े है वह मारे गए हैं, बड़ा जानी मानी नुकसान हुआ, वो भरपाई अज तक नहीं की जा सकी। सवाल शस्त्र तैयार है जी, आ जाओ शस्त्रां दी ही गल करदा, जे उस वेले भी शस्त्र चलाउण दी लोड़ पई तो बई जे तुहाडे घर आने कोई हमला कर देगा तो तुसीं की गल हत्थ बन के तो उन्होंने फतेह जाओगे, स्वागत करांगे आपां, उह ते स्वागत नहीं हुंदा। इह सिक्खी दी साइकी नहीं, सिक्खी दी साइकी इह है शुरू तो ही गुरु नानक साहब तो भी पहला पंजाब दे विच उदों भगतां भगत जनां दा जदों प्रताप चलिया इत्थे उन्हां दी इक वेव चली विचारधारा सामने आई, भगत कबीर जी ने ही पहला ही जिहड़ा इह फरमान कीता सी शस्त्रां दे बारे, उसनों ही मुड़ के गुरु नानक साहब ने ज्यों त्यों प्रेम खेलन का चाहो सीधा तली गली मेरी आओ, ये गुरु नानक साहब ने बाद फरमान किया। उस तो बाद की होया साढ़े इत्थे शस्त्रां दे नाल ही जो शस्त्र नहीं सी असी धारण किया, गुरु अर्जन साहब नूं उन्हां शांतमई शहीदी का मॉडल तुहाडे सामने पेश किया कि दुश्मन हट गए ने, दुश्मनों पासे हटाने वास्ते गुरु हरगोबिंद साहब जी नूं मीरी पीरी धारण करनी पई। उस तो बाद भी साढ़े गुरु साहब गुरु हर राय साहब जी ने भी फौजा रखिया, 2000 घोड़सवार उन्हां कोल सी, गुरु तेग बहादुर जी शस्त्रां दे धनी से, गुरु हरगोबिंद साहब जी दे नाल लड़ाइया लड़ते ने, त्याग मल तो वो तेग बहादुर बने ने, क्यों बनिया? एक होर है कि अज का समा तो गुरु साहब का समा च फर्क है, क्योंकि उस वेले समा कुछ होर सी, अज समा कुछ, चलो की समा सी उस वेले मैनू दसो। मैं तुहानू पहला शुरू जे कहा तुहाडे विच एक साइकी जिहड़ी बैठी, सवाल ऐसे करके ते असीं जनता च लै के आए कि तुहाडे वक्त दे जिहड़े सूझवान लोग अपने विचार देण ताकि लोग भी इस चीज़ नूं समझ सकण। मैं बिल्कुल मैं तुहानू शुरू च ये कहा वीरे, इस सवाल नूं खंगालते विच तुहानू दो तरह के दो कॉन्सैप्ट तुहाडे सामने ने, एक वो कॉन्सैप्ट जिहड़े एक पत्रकार तौर ते तुसीं मेरी इंटरव्यू कर रहे हो, एक तुहाडे मानसिक साइकी, एक हिंदू होण वजों मौजूदा हिंदू नहीं, क्योंकि लोग कई लोग डर जाते हैं हथियारां दे नां ते, बहुत लोग डर भी जाते हैं। अज तक मैं यही गल कह रहा, दोबारा फिर कहांगा, सिखां दे हथियार ने किनू डराया? सिख जे शस्त्रधारी होए ने, मजलूमां नू बचाउण वास्ते शस्त्रधारी होए ने, किसे दे अज तक सिखां ने हमलावर नहीं होया? जे सिखां को जे उदों भी शस्त्र ना होंदे दरा खैबर अज भी बंद ना होंदा, जे दरा खैबर नू जे किसे ने बंद किया तो सिखां ने बंद किया, और उन्हां जिहड़े जरवाणे जिहड़े साढ़े इत्थे धीआं भैणां लुट के जांदे रहे सी उन्हां दा मूँह पवाया तो सिखां ने शस्त्रां ना पवाया, जे सिख शस्त्रधारी ना होंदा अज तो हिंदुस्तान का नक्शा ही कुछ होर हों। एक जिस तरह उन्होंने कहा शूटिंग रेंज बनावे अभी बकायदा ट्रेनिंग देवे, शूटिंग रेंज वो मनोरथ यह भी तो हो सकता कि सिखा दे अज के नौजवानों के जिते सिखी का प्रचार होना उत्थे नाल नाल जी शस्त्र विद्या दे के वो घट्टो घट उन्हां नौजवान जिहड़े नशियां च पए ने उन्हां सही राह ते लियाया जा सके। शूटिंग रेंज दे विच उन्हां दा मनोरथ यह भी तो हो सकता है कि देश विदेश दे विच जिथे भी कि शूटिंग मुकाबले होंदे ने जे साडे नौजवान शूटिंग दे विच परपक होण के ते देश दा नाम ही रोशन करनगे। एक जिस तरीके गन कल्चर असी कई बार कोई सिंगर भी जो गाना बोलता तो असं कहने गन कल्चर प्रमोट हो रहा हो कि समाज वास्ते गलत, वो समाज वास्ते बिल्कुल गलत हो सकता पर सिक्खी का नज़रिया कुछ हो रहा। सिक्खी का वह नज़रिया नहीं है कि तुम गन जी ना सब तो पहली गल तो शस्त्र पकड़ तो पहला सिख न शास्त्र के पक्या करना पैंता, ता ही जाके गुरु नानक साहब ने शस्त्र नहीं सी फड़ाया, शास्त्र राही सिक्ख्या दिती जीवन जांच सिखाया। उस तो बाद गुरु हरगोबिंद साहब जी और गुरु गोबिंद सिंह ने अमृतपान करवा के खंडे बाटे का अमृतपान करवा के शस्त्रधारी बनाया, और सिखा शस्त्र एड्डी छेती नहीं सी मिल गया, 200 साल लगे ने शस्त्रधारी होने, गुरु साहबान ने उस वे शस्त्र नहीं बना फड़ा दिता सी, और शस्त्र फड़ा के उन्होंने शस्त्र फड़न वास्ते तैयार करके योग बनाया। किवें बनाया? कि शस्त्र जड़ा जुल्म कर ली नहीं, जालमां नूं सोधण लई उठे, मजलूमां नूं रख्या वास्ते उठे, और ये संकल्प जड़ा वा वो काफ़ी समय चलता रहा, अज भी वह संकल्प सिखां दे विच मौजूद है, मैनूं इस गल की खुशी और तसली है। समय तो कि अज जरा चाहे हिंदू भी है चाहे मुस्लिम ईसाई हर किसी नूं शस्त्र रखना चाहिए, बिल्कुल रखना चाहिए, घट्टो घट तुहानू अपने परंपरा नूं नहीं छड्डना चाहिए। जे हिंदुआं ने विच शस्त्रधारी होने की रवायत उदों भी सी पहला ही सतयुग त्रेता दे विच भी द्वापर दे विच भी,
ਉੱਤੇ ਅੱਜ ਵੀ ਸ਼ਸਤਰਧਾਰੀ ਹੋਣ 'ਚ ਉਹਨਾਂ ਨੂੰ ਕੋਈ ਵੀ ਆਂਚ ਨਹੀਂ ਆਉਣੀ ਚਾਹੀਦੀ, ਕੋਈ ਉਹਨਾਂ ਨੂੰ ਖਿਆਈ ਨਹੀਂ ਆਉਣੀ ਚਾਹੀਦੀ। ਔਰ ਸ਼ਸਤਰ ਤਾਂ ਸ਼ਸਤਰ ਛੱਡਿਆ, ਮੈਂ ਤੁਹਾਨੂੰ ਫਿਰ ਗੱਲ ਦੁਹਰਾਉਣਾ, ਮੰਦਰਾਂ ਦੀ ਦੁਰਸ਼ਾ ਹੋਈ ਹੈ। ਅੱਜ ਤੁਸੀਂ ਹਰ ਮਸਜਿਦ ਦੇ ਥੱਲੇ ਜਾ ਕੇ ਸ਼ਿਵਲਿੰਗ ਲੱਭਣ ਦੀ ਕੋਸ਼ਿਸ਼ ਕਰਦੇ ਹੋ। ਜੇ ਵੀਰੋ ਉਸ ਵੇਲੇ ਵੀ ਜੇ ਤੁਸੀਂ ਸ਼ਸਤਰਾਂ ਦਾ ਤਿਆਗ ਨਾ ਕੀਤਾ ਹੁੰਦਾ, ਅੱਜ ਤੁਹਾਨੂੰ ਹਰ ਮੰਦਰ ਹਰ ਮਸਜਿਦ ਦੇ ਥੱਲੇ ਜਾ ਕੇ ਸ਼ਿਵਲਿੰਗ ਲੱਭਣ ਦੀ ਲੋੜ ਨਾ ਪੈਂਦੀ। ਇੱਕ ਹੋਰ ਸਵਾਲ ਹੈ ਕਿ ਬਾਹਰਲੀ ਅਗਰ ਅਮੈਰੀਕਾ ਕਹਿੰਦੀ ਕੰਟਰੀ ਦੀ ਗੱਲ ਕਰੀਏ, ਕਈ ਵਾਰ ਦੇਖਦੇ ਹਾਂ ਕਿ ਹਥਿਆਰ ਉੱਥੇ ਈਜ਼ੀਲੀ ਲਾਇਸੈਂਸ ਮਿਲ ਜਾਂਦੇ ਨੇ, ਪਰ ਉੱਥੇ ਕਈ ਵਾਰ ਨੁਕਸਾਨ ਵੀ ਹੁੰਦਾ। ਵੇਖੋ ਲਾਇਸੈਂਸ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ, ਸ਼ਸਤਰ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਸ਼ਸਤਰ ਰੱਖਣ ਦੇ ਤੁਸੀਂ ਕਾਬਲ ਹੋਣਾ ਸਭ ਤੋਂ ਪਹਿਲਾਂ ਜ਼ਰੂਰੀ ਗੱਲ ਆ। ਇਸ ਕਰਕੇ ਜੇ ਹਿੰਦੁਸਤਾਨ ਦੇ ਵਿੱਚ ਵੀ ਜੇ ਸਾਡੇ ਸਿੰਘ ਸਾਹਿਬਾਂ ਨੇ ਜਾਂ ਸਾਡੇ ਲੀਡਰਾਂ ਇਹ ਤਾਂ ਨਹੀਂ ਕਿਹਾ ਕਿ ਸ਼ਸਤਰ ਰੱਖੋ, ਉਹਨਾਂ ਇਹ ਵੀ ਕਿਹਾ ਕਿ ਸ਼ਸਤਰ ਜਿਹੜੀ ਆ ਉਹ ਤੁਸੀਂ ਲਾਇਸੈਂਸ ਲੈ ਕੇ ਰੱਖੋ। ਅਤੇ ਲਾਇਸੈਂਸ ਦੇ ਵਿੱਚ ਸ਼ਸਤਰ ਉਹ ਸਾਡੀ ਸਰਕਾਰ ਗੌਰਮੈਂਟ ਨੂੰ ਇਹ ਸਾਨੂੰ ਅਖਤਿਆਰ ਦਿੱਤੇ ਹੋਏ ਨੇ, ਇਹਦੇ ਵਿੱਚ ਕੀ ਆਪਣੇ ਮੈਂ ਸਮਝਦਾ ਕਿ ਕੋਈ ਗਲਤ ਗੱਲ ਵਾਲੀ ਤਾਂ ਕੋਈ ਮੈਂ ਨਹੀਂ ਸਮਝਦਾ ਹੋਵੇਗੀ। ਸ਼ੁਕਰੀਆ। ਪ੍ਰੋਫੈਸਰ ਸੁਚਾਨ ਸਿੰਘ, ਇੱਕ ਚਰਚਾ ਕੀਤੀ ਹੈ ਕਿ ਆਖਿਰਕਾਰ ਸ਼ਸਤਰਾਂ ਦਾ ਮਕਸਦ ਕੀ ਹੈ, ਤਾਂ ਸ਼ਸਤਰ ਦਾ ਮਕਸਦ ਕੇਵਲ ਡਰਾਉਣਾ ਨਹੀਂ ਹੈ, ਅਤੇ ਸ਼ਸਤਰ ਦੇ ਨਾਲ ਸ਼ਾਸਤਰ ਦੀ ਜ਼ਰੂਰਤ ਹੈ। ਅਗਰ ਪੁਰਾਣੇ ਅਗਰ ਅਸੀਂ ਸਮੇਂ ਦੀ ਗੱਲ ਕਰੀਏ, ਚਾਹੇ ਹਿੰਦੂ ਸਮਾਜ ਹੋਵੇ ਤਾਂ ਉੱਥੇ ਵੀ ਸ਼ਸਤਰ ਆਪਣੇ ਕੋਲ ਰੱਖਿਆ ਜਾਂਦਾ ਸੀ, ਬ੍ਰਹਮਾਸਤਰ ਇੱਕ ਵਰਡ ਯੂਜ਼ ਹੁੰਦਾ ਸੀ, ਉਹ ਵੀ ਇੱਕ ਸ਼ਸਤਰ ਦਾ ਪਾਰਟ ਸੀ। ਤਾਂ ਫਿਲਹਾਲ ਇੱਕ ਚੰਗੀ ਡਿਬੇਟ ਅਸੀਂ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਕਿ ਲੋਕਾਂ ਦੇ ਜਿਹੜੇ ਮਨ ਦੇ ਸ਼ੰਕੇ ਨੇ, ਕਿਉਂਕਿ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ, ਕੋਈ ਇਸ ਚੀਜ਼ ਨੂੰ ਗਲਤ ਸਮਝਦਾ, ਕੋਈ ਠੀਕ ਸਮਝਦਾ, ਲੇਕਿਨ ਅੱਜ ਅਸੀਂ ਇੱਕ ਚਰਚਾ ਕੀਤੀ ਕਿ ਆਖਿਰਕਾਰ ਸ਼ਸਤਰ ਦੀ ਇੱਕ ਵੈਲਿਊ ਦੱਸੀ ਜਾਵੇ ਕਿ ਆਖਿਰਕਾਰ ਇਹਦੀ ਵੈਲਿਊ ਕੀ ਹੈ ਔਰ ਇਸਦੀ ਇੰਪੋਰਟੈਂਸ ਕੀ ਹੈ। ਤਾਂ ਜਿਸ ਤਰੀਕੇ ਨਾਲ ਇਤਿਹਾਸ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਹਿੰਦੂ ਕੌਮ ਦਾ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਸ਼ਸਤਰ ਤੋਂ ਬਿਨਾਂ ਨੁਕਸਾਨ ਹੋਇਆ, ਔਰ ਅੱਜ ਜ਼ਰੂਰਤ ਹੈ ਕਿ ਫਿਰ ਉਹ 'ਚ ਸ਼ਸਤਰਧਾਰੀ ਬਣੀਏ, ਤਾਂ ਕਿ ਅਸੀਂ ਜਿਹੜਾ ਹੈ ਇਸ ਜਿਹੜਾ ਅੱਜ ਕੱਲ੍ਹ ਦੁਖਾਂਤ ਚੱਲ ਰਿਹਾ ਉਸ ਨੂੰ ਖਤਮ ਕਰ ਸਕੀਏ। ਤਾਂ ਇਹ ਸੋਚ ਜਿਹੜੀ ਸੀ ਉਸ ਨੂੰ ਲੈ ਕੇ ਅੱਜ ਭਾਜਪਾ ਆਗੂ ਵੱਲੋਂ ਇੱਕ ਅਸੀਂ ਚਰਚਾ ਕੀਤੀ ਹੈ। ਤਾਂ ਇਸ ਮੁਤਲਕਾ ਅਗਰ ਹੋਰ ਵੀ ਕੋਈ ਵਿਅਕਤੀ ਅਗਰ ਚਰਚਾ ਵਾਸਤੇ ਹੋਵੇ, ਅਸੀਂ ਉਹਨਾਂ ਨਾਲ ਚਰਚਾ ਕਰਨ ਵਾਸਤੇ ਪੂਰੀ ਤਰ੍ਹਾਂ ਨਾਲ ਤਿਆਰ ਹਾਂ। ਸੁਮਿਤ ਖੰਨਾ, ਗ੍ਰੇਟ ਪੰਜਾਬ ਟੀਵੀ, ਅੰਮ੍ਰਿਤਸਰ।